ਜਿਹੜੇ ਪਤਾ ਲੱਗਦਾ ਤਾਂ ਉਸ ਦੀ ਇੱਕ ਮ੍ਰਿਤਕ ਦੀ ਲਾਸ਼ ਮਿਲਦੀ ਹੈ ਤਾਂ ਹਾਂਜੀ ਹਾਂਜੀ ਤੁਸੀਂ ਉਸ ਦੇ ਕੀ ਲੱਗਦੇ ਹੋ ਤੇ ਕਿਵੇਂ ਇਹਦਾ ਵਾਕਿਆ ਮੈਂ ਉਹਦਾ ਤਾਇਆ ਜੀ ਲੱਗਦਾ ਤੇ ਮੇਰਾ ਭਤੀਜਾ ਆ ਉਹ ਤੇ ਮਤਲਬ ਕਿ ਕੱਲ ਸਵੇਰੇ ਉਹ ਜਦੋਂ ਘਰੋਂ ਤਿਆਰ ਹੋ ਕੇ ਗਿਆ ਵਾ ਤੇ ਮਤਲਬ ਕਿ ਖੁਸ਼ ਸੀ ਉਹ ਕੋਈ ਉਹੋ ਜਿਹੀ ਕੋਈ ਗੱਲਬਾਤ ਨਹੀਂ ਕੋਈ ਠੀਕ ਠਾਕ ਸੀ ਉਹ ਘਰੋਂ ਮੇਰਾ ਬੇਟਾ ਤੇ ਉਹ ਗਏ ਆ ਤੇ ਉਹ ਗਏ ਆ ਤੇ ਮੇਰੇ ਬੇਟੇ ਨੂੰ ਉਹ ਜਿੱਥੋਂ ਉਹਨੇ ਬੱਸ 'ਤੇ ਬਹਿਣਾ ਵਾ ਉਹ ਮੇਰੇ ਬੇਟੇ ਨੂੰ ਇਹ ਕਹਿੰਦਾ ਕਿ ਤੂੰ ਵੀ ਜਾ ਤੂੰ ਵੀ ਸਕੂਲ ਜਾਣਾ ਵਾ ਉਹ ਘਰੋਂ ਉੱਥੋਂ ਆ ਗਿਆ ਆ ਕੇ ਉਹਨੇ ਆਪਣੀ ਮਾਸੀ ਨੂੰ ਕਿਹਾ ਉਹਨੇ ਕਿ ਹਰਨੂਰ ਨਹੀਂ ਬੈਠਾ ਜੇ ਦੋਵੇਂ ਜਾਣੇ ਉਹ ਉਹਦੀ ਮਾਸੀ ਅਤੇ ਉਹ ਗਏ ਆ ਉਸ ਟਾਈਮ ਜਦੋਂ ਉੱਥੇ ਗਏ ਆ ਅਤੇ ਉਹ ਮਤਲਬ ਕਿ ਉੱਥੇ ਹਰਨੂਰ ਨਹੀਂ ਸੀ ਹੈਗਾ ਅਤੇ ਉਹਦਾ ਬੈਗ ਸੀ ਅਤੇ ਤਕਰੀਬਨ ਕਿ ਉਹ ਸਾਡੇ ਘਰ ਤੋਂ ਫਾਸਲਾ 2 ਮਿੰਟ ਦਾ ਵਾ ਬਸ ਜੀ ਕਿਹੜੀ ਕਲਾਸ 'ਚ ਪੜ੍ਹਦਾ 8ਵੀਂ ਕਲਾਸ 'ਚ ਪੜ੍ਹਦਾ ਜੀ ਉਹ ਕੀ ਲੱਗਦਾ ਕਿ ਇਸ ਚੀਜ਼ ਦੇ ਪਿੱਛੇ ਕੋਈ ਸਾਜਿਸ਼ ਹੈ ਕਿ ਹਰਨੂਰ ਦੇ ਨਾਲ ਜੋ ਇੰਸੀਡੈਂਟ ਹੋਇਆ ਹੈ ਇਹ ਆਪਾਂ ਕੀ ਕਹਿ ਸਕਦੇ ਹਾਂ ਆਪਾਂ ਕੋਈ ਕੁਛ ਕਿਸੇ ਨੂੰ ਆਪਾਂ ਦੇਖਿਆ ਨਹੀਂ ਕੁਛ ਵੀ ਸਾਡੇ ਭਾਰੇ ਤਾਂ ਸਾਰੇ ਚੋਰ ਆ ਅਤੇ ਆਪਾਂ ਜਦੋਂ ਕਿਸੇ ਨੂੰ ਆਪਾਂ ਦੇਖਿਆ ਹੀ ਨਹੀਂ ਆਪਾਂ ਕਿਸੇ ਦਾ ਨਾਂ ਥੋੜ੍ਹੀ ਲੈ ਸਕਦੇ ਹਾਂ ਜਦੋਂ 7-15 ਦੇ ਵਾਕਿਆ ਹੁੰਦਾ ਉਸ ਤੋਂ ਬਾਅਦ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਪੁਲਿਸ ਪ੍ਰਸ਼ਾਸਨ ਤੁਹਾਨੂੰ ਕੀ ਭਰੋਸਾ ਦਿੰਦਾ ਸੀ ਹਾਂਜੀ ਉਹ ਕਹਿੰਦੇ ਅਸੀਂ ਪੂਰੀ ਆਪਣੀ ਕੋਸ਼ਿਸ਼ ਕਰਾਂਗੇ ਕਾਰਵਾਈ ਕਰਾਂਗੇ ਮਤਲਬ ਕਿ ਸਾਡੇ ਰਿਪੋਰਟ ਲਿਖਣ ਦੇ ਵਿੱਚ ਹੀ ਸਾਡੇ ਘਰ DSP ਸਾਹਿਬ ਹੋਰ ਵੀ ਜਾਰੇ ਉਹਨਾਂ ਦੇ ਮਤਲਬ ਕਿ ਮੁਲਾਜ਼ਮ ਆਏ ਆ ਸਾਡੇ ਤੋਂ ਪਹਿਲਾਂ ਸਾਡੇ ਘਰ ਆਉਣ ਤੋਂ ਪਹਿਲਾਂ ਇੱਥੇ ਆ ਗਏ ਉਹ ਹਾਂਜੀ ਮਤਲਬ ਕਿ ਉਹਨਾਂ ਵੱਲੋਂ ਕੋਈ ਢਿੱਲ ਨਹੀਂ ਵਰਤੀ ਗਈ ਕੋਈ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਦੇ ਪਿੱਛੇ ਕਿਸੇ ਦੀ ਸਾਜਿਸ਼ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਅਸੀਂ ਕੀ ਕਹਿ ਸਕਦੇ ਹੁਣ ਅਸੀਂ ਕਿਸੇ ਨੇ ਜਦੋਂ ਦੇਖਿਆ ਨਹੀਂ ਉਹਨੂੰ ਬੱਚੇ ਨੂੰ ਜਾਂ ਕਿਸੇ ਨੇ ਦੇਖਿਆ ਹੋਵੇ ਸਾਡਾ ਤਾਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਕੁਛ ਨਹੀਂ ਹੈਗਾ ਤੁਹਾਨੂੰ ਡੈੱਡ ਬੋਡੀ ਦੀ ਇਤਲਾਹ ਕਿੱਦਾਂ ਮਿਲੀ ਡੈੱਡ ਬੋਡੀ ਇਤਲਾਹ ਸਾਨੂੰ ਮਿਲੀ ਕਿ ਸਵੇਰੇ ਜਦੋਂ ਅਸੀਂ 4 ਵਜੇ ਦਰਬਾਰ ਸਾਹਿਬ ਗਏ ਹਾਂ ਮੱਥਾ ਟੇਕਣ ਬਾਬਾ ਕਾਲ ਸਾਹਿਬ ਉੱਥੋਂ ਜਦੋਂ ਸਾਨੂੰ 5 ਵੱਜ ਗਏ ਆਉਂਦਿਆਂ ਅਤੇ ਜਦੋਂ ਅਸੀਂ ਆਏ ਹਾਂ ਚਾਨਣ ਹੋ ਗਿਆ ਅਤੇ ਸਾਡੇ ਮਗਰ ਮਤਲਬ ਕਿ ਸਾਡੀ ਭੈਣ ਸੀ ਇੱਕ ਸਾਡੀ ਗੁਆਂਢਣ ਸੀ ਉਹਨੇ ਮਤਲਬ ਕਿ ਉਹਨਾਂ ਨੇ ਉਹ ਜਦੋਂ ਉਹ ਆਇਆ ਤਾਂ ਉਹਨਾਂ ਨੂੰ ਸ਼ੱਕ ਪਈ ਉਹਨਾਂ ਨੇ ਆ ਕੇ ਘਰ ਮੈਨੂੰ ਦੱਸਿਆ ਕਿ ਜਾਓ ਛੱਪੜ 'ਚ ਦੇਖ ਕੇ ਆਓ ਫਿਰ ਮੈਂ ਜਦੋਂ ਛੱਪੜ 'ਚ ਦੇਖ ਕੇ ਗਿਆ ਮੈਨੂੰ ਉਹਦੀ ਬੈਲਟ ਦਿਖਾਈ ਦਿੱਤੀ ਆ ਜਦੋਂ ਉਹਦੀ ਮੈਂ ਬੈਲਟ ਵੇਖੀ ਆ ਯੂਨੀਫਾਰਮ ਦੇਖੀ ਫਿਰ ਮੈਂ ਅਤੇ ਮੈਨੂੰ ਸ਼ੱਕ ਪੈ ਗਿਆ ਕਿ ਇਹ ਸਾਡਾ ਹਰਨੂਰ ਆ ਫਿਰ ਘਰ ਆ ਮੈਂ ਆਇਆ ਘਰ ਆਪਣੇ ਮੈਂ ਮਤਲਬ ਕਿ ਸਾਡਾ ਚਾਚਾ ਜੀ ਆਏ ਆ ਉਹਨਾਂ ਨੂੰ ਖੜਿਆ ਨਾਲ ਉੱਥੇ ਦੇਖਿਆ ਜਦੋਂ ਉਹਨੂੰ ਅਸੀਂ ਕੱਢਿਆ ਬਾਹਰ ਉਹ ਹਰਨੂਰ ਸੀ ਹਾਂਜੀ ਕੱਲ 12 ਤਰੀਕ ਨੂੰ ਮੋਰਨਿੰਗ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਛਾਪਿਆਂ ਵਾਲੀ ਤੋਂ ਹਰਨੂਰ ਦਾ ਨਾਂ ਦਾ ਜਿਹੜਾ ਲੜਕਾ ਆ ਜਿਹਦੀ ਉਮਰ 14 ਸਾਲ ਉਹ ਸਕੂਲ ਜਾਣ ਲੱਗਿਆ ਉਹਨੂੰ ਕਿਸੇ ਨੇ ਗਵਾਹ ਕਰ ਲਿਆ ਜਿਹਦੇ ਸੰਬੰਧ ਵਿੱਚ ਅਸੀਂ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਸੀਂ ਵੱਖ ਵੱਖ ਚੈਨਲ ਰਾਹੀਂ ਵੱਖ ਵੱਖ ਮਾਧਿਅਮ ਰਾਹੀਂ ਜਿਹੜਾ ਬੱਚੇ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਿਹੜਾ ਵੀ ਸਾਨੂੰ ਆਪਣਾ ਹਥਿਆਰ ਅਪਣਾਉਣਾ ਪਿਆ ਉਸ ਅਪਣਾਇਆ ਸੋ ਅੱਜ ਸਾਨੂੰ ਸਵੇਰੇ ਪਤਾ ਲੱਗਾ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਇੱਕ ਛੱਪੜ 'ਚ ਮਿਲੀ ਹੈ ਜਿਸ 'ਤੇ ਅਸੀਂ ਕਾਰਵਾਈ ਕਰਦੇ ਹਾਂ ਜਿਹੜਾ ਪਹਿਲਾਂ 365 ਦਾ ਪਰਚਾ ਦਰਜ ਕੀਤਾ ਸੀ ਉਹਨੂੰ ਹੁਣ ਅਸੀਂ 302 ਦੇ ਵਿੱਚ ਕਨਵਰਟ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਡੈੱਡ ਬੋਡੀ ਨੂੰ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਡੈੱਡ ਹਾਊਸ ਭੇਜ ਦਿੱਤਾ ਹੈ ਪੋਸਟਮਾਰਟਮ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਛੱਪੜ ਬਿਲਕੁਲ ਉਹਨਾਂ ਦੇ ਘਰ ਦੇ ਸਾਹਮਣੇ ਸੜਕ ਦੇ ਨਾਲ ਛੱਪੜ ਹੈ ਕਿ ਕੋਈ 20 ਫੁੱਟ ਦੇ ਕਰੀਬ ਉਹ ਡੂੰਘਾ ਸੀ ਉਹ ਛੱਪੜ ਦੀ ਕੱਲ੍ਹ ਵੈਸੇ ਅਸੀਂ ਸਰਚ ਵੀ ਕਰਵਾਈ ਸੀ ਬਟ ਉਹ ਦੂਸਰੀ ਸਾਈਡ ਤੋਂ ਜਾ ਕੇ ਬੱਚੇ ਦੀ ਡੈੱਡ ਬੋਡੀ ਮਿਲੀ ਹੈ ਜਿਹਦੇ ਸੰਬੰਧ ਵਿੱਚ ਸਾਡੀ ਕਾਰਵਾਈ ਚੱਲ ਰਹੀ ਹਾਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜੇ ਕੋਈ ਤੱਥ ਸਾਹਮਣੇ ਆਉਂਦੇ ਤੇ ਫਿਰ ਹੀ ਕਹਿ ਸਕਦੇ ਹਾਂ ਨਹੀਂ ਫਿਲਹਾਲ ਪਰਿਵਾਰ ਵੱਲੋਂ ਵੀ ਕੋਈ ਪੁਰਾਣੀ ਰੰਜਿਸ਼ ਪਹਿਲਾਂ ਵੀ ਨਹੀਂ ਤੇ ਹੁਣ ਵੀ ਨਹੀਂ ਕੋਈ ਵੀ ਉਹਨਾਂ ਨੇ ਦੱਸੀ ਉਸ ਅਸੀਂ ਜੋ ਵੀ ਆ ਤੱਥਾਂ ਦੇ ਆਧਾਰ ਤੇ ਆਪਣਾ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਸੱਚ ਸਾਹਮਣੇ ਆਏਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਸੀਸੀਟੀਵੀ ਫੁਟਸ ਤਾਂ ਅਸੀਂ ਕੱਲ ਲਈਆਂ ਸੀ ਸੀਸੀਟੀਵੀ ਫੁਟਸ ਉਹਦੇ ਵਿੱਚ ਆਪਾਂ ਲੜਕੇ ਬਾਰੇ ਪਤਾ ਕਰਦੇ ਰਹੇ ਪਰੰਤੂ ਸਾਨੂੰ ਇਦਾਂ ਦੀ ਕੋਈ ਕਲੀਅਰ ਨਹੀਂ ਮਿਲਿਆ ਕਿ ਜਿਹੜਾ ਛੱਪੜ ਆ ਛੱਪੜ ਦੇ ਨੇੜੇ ਤੇੜੇ ਕਿਸੇ ਵੀ ਘਰ ਦੇ ਵਿੱਚ ਕੋਈ ਸੀਸੀਟੀਵੀ ਨਹੀਂ ਹੈ ਫਿਰ ਵੀ ਅਸੀਂ ਹਰ ਇੱਕ ਮਾਧਿਅਮ ਤੋਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਦੇਖੋ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਕੋਈ ਵੀ ਆਪਣਾ ਕਾਰਨ ਹੋ ਸਕਦਾ